असी फ्लैग मार्च पूरे शहर के कर रहे हैं। इस तो अलावा सैकंड जो सा फ्लैग मार्च है वह बस स्टैंड के एरिए चल रहा। इस तरह वक् वक् जगह के उत्ते वक् वक् टाइम के उत्ते जो फ्लैग मार्च चलते पे है। इस तो अलावा भी मैं दसना चाहना कि शहर के करीब 60 के लागे जो पॉइंट जो 24 घंटे वास्ते नाके चल रहे हैं, जेडे 8-8 घंटे की ड्यूटी चल रही है। शेजून घल्लूघरे वास्ते असी ऑलरेडी पिछले 15 दिनों तो साडा जिहड़ा लगातार वर्क चलता है। अज भी असी अपने इस जिहड़ा साडा वॉल सिटी के अंदर साडा फ्लैग मार्च चल रहा, जिहदे च मेरे ADCP जोन 1 नाल ADCP ट्रैफिक ते उन्होंने नाल सारा उन्होंने SHO और ACP सारे ऑफिसर, ईवन साडे नाल RAF CRPF सारिया टीमों नाल, और असी फ्लैग मार्च पूरे शहर के कर रहे हैं। इस तो अलावा सैकंड जिहड़ा साडा फ्लैग मार्च है वह बस स्टैंड के एरिए चल रहा। इस तरह वख वख जगह के उत्ते वख वख टाइम के उत्ते जिहड़े फ्लैग मार्च चलते पे आ। और इस तो अलावा भी मैं दसना चाहना कि शहर के करीब 60 के लागे जिहड़े साडे पॉइंट जिहड़े 24 घंटे वास्ते नाके चल रहे, जिहड़े 8-8 घंटे की ड्यूटी चल रही है। और नाकियां तो अलावा साडियां पेट्रोलिंग पार्टियां जिहड़ियां गड्डियां राहीं लगियां होईयां, और असी अपने पूरे शहर नूं बाहरों जिहड़ा आ इहदा जिहड़ा भी आउटर जिहड़ा सारा वह भी कवर किया होया, और शहर के अंदर भी सारे नाके आ और अंदर जिहड़े फ्लैग मार्च भी चल रहे। बिल्कुल जी, CCTV कैमरे मैं दसना चाहुंदा कि जिवें असी इत्थे भरावां दे ढाबे तों लै के साडे दरबार साहब का करीब जिहड़ा आ कोई 70 तों 75 कैमरे जिहड़े इन्नी थां दे विच ही लग चुके आ। बाकी शहर दे विच भी कैमरे काफ़ी असी लवा लए आ, और कुछ स्मार्ट सिटी वाले कैमरे भी जिहड़े थोड़े जिहे आउण वाले कुछ दिनां तक वह भी चालू हो रहे हैं। 6 जून वास्ते साडे को RAF दीआं 2 टीमां, CRP दीआं 2 टीमां, इस तों अलावा कोई करीब 1500 जवान सानूं बाहरों आर्मड पुलिस का, और इन्ना ही असी अपना कमिश्नर पुलिस का कढ़िया ਤਾਂ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਰੀਬ ਜਿਹੜਾ ਸਾਡਾ 5000 ਬੰਦਾ ਜਿਹੜਾ ਉਹ ਵਰਕ ਕਰੂਗਾ ਸ਼ਹਿਰ ਦੇ ਵਿੱਚ। 6 ਜੂਨ ਦੇਖੋ ਹਰ ਸਾਲ ਹੀ ਹੁੰਦੀ ਆ, ਤੁਸੀਂ ਪਿਛਲੇ ਕਈ ਸਾਲਾਂ ਤੋਂ ਦੇਖਿਆ ਹੋਣਾ ਕਿ 5 ਤਰੀਕ ਨੂੰ ਉਹਨਾਂ ਦਾ ਮਾਰਚ ਹੁੰਦਾ ਆ ਔਰ 6 ਤਰੀਕ ਨੂੰ ਬੰਦੀ ਕਾਲ ਕਰਦੇ ਆ। ਉਹਨਾਂ ਸਾਰਿਆਂ ਨਾਲ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ, ਸਾਰਾ ਕੁਝ ਪੀਸਫੁਲੀ ਹੋਊਗਾ। ਬਿਲਕੁਲ ਜੀ, SGPC ਨਾਲ ਮੀਟਿੰਗ ਹੋ ਚਲੀ, ਬਾਕੀ ਸਾਰੀਆਂ ਜਥੇਬੰਦੀਆਂ ਨਾਲ ਹੋ ਚੁੱਕੀਆਂ ਮੀਟਿੰਗਾਂ, ਉਹ ਸਾਰੀਆਂ ਸਹਿਮਤ ਆ ਕਿਉਂਕਿ ਹਰ ਸਾਲ ਜਿਹੜਾ ਇਹ ਦਿਨ ਆਉਂਦੇ ਆ ਔਰ ਇਹਦੇ ਨਾਲ ਸਾਰੇ ਸਹਿਮਤ ਵੀ ਹੁੰਦੇ ਆ, ਸ਼ਹਿਰ ਵਾਸੀ ਵੀ ਸਹਿਮਤ ਆ, ਇਸ ਕਰਕੇ ਸਾਰਿਆਂ ਦਾ ਰਲ ਮਿਲ ਕੇ ਹੀ ਜਿਹੜਾ ਦਿਨ ਆ ਆਪਾਂ ਸਾਰਿਆਂ ਨੇ ਕੱਢਣਾ। 6 ਜੂਨ ਨੂੰ ਪੂਰਾ ਟਾਈਟ ਰੱਖਿਆ ਜਾਏਗਾ ਜੀ? ਬਿਲਕੁਲ ਜੀ, ਅਸੀਂ ਤਾਂ ਹੁਣ ਤੋਂ ਹੀ ਪੂਰਾ ਟਾਈਟ ਕੀਤਾ, ਔਰ ਮੈਂ ਅਪੀਲ ਕਰਨੀ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਵੀ ਸਾਰਾ ਪੁਲਿਸ ਦਾ ਸਹਿਯੋਗ ਦੇਣ, ਔਰ ਇਸੇ ਤਰ੍ਹਾਂ ਜੇ ਕਿਸੇ ਨੂੰ ਕੋਈ ਸ਼ੱਕੀ ਬੰਦਾ ਜਾਂ ਕੋਈ ਸ਼ੱਕੀ ਚੀਜ਼ ਆ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਲੱਗਦੀ ਆ ਪਤਾ, ਤਾਂ ਸਾਡੇ ਸਾਰਿਆਂ ਦੇ ਨੰਬਰ, ਸਾਡੇ SHO ACP ADCP ਅਸੀਂ ਸਾਰੇ ਸਾਡਿਆਂ ਦੇ ਨੰਬਰ ਸਾਰਿਆਂ ਕੋਲ ਆ, ਔਰ ਸਾਨੂੰ ਦੱਸਣ, ਅਸੀਂ 24 ਘੰਟੇ ਬਾਅਦ ਸ਼ਹਿਰ 'ਚ ਕੰਮ ਕਰ ਰਹੇ ਹਾਂ, ਔਰ ਇਹ ਸਾਡਾ ਆਪਣਾ ਸ਼ਹਿਰ ਆ। ਆਪਾਂ ਮੈਂ ਚਾਹੁੰਦਾ ਵੀ ਸਾਰੇ ਆਪਾਂ ਰਲ ਕੇ ਇਹਨੂੰ ਕੱਢੀਏ ਤਾਂ ਜੋ ਕਿ ਆਉਣ ਵਾਲੇ ਦਿਨਾਂ 'ਚ ਕੋਈ ਸ਼ਰਾਰਤੀ ਅੰਸਰ ਜਿਹੜਾ ਉਹ ਕੋਈ ਸ਼ਰਾਰਤ ਨਾ ਕਰ ਸਕੇ। ਬਿਲਕੁਲ ਜੀ, ਉਹਨਾਂ 'ਤੇ ਸਾਡੀ ਸਖਤੀ ਆ, ਅਗਰ ਸਾਨੂੰ ਕੋਈ ਵੀ ਸ਼ਰਾਰਤੀ ਅੰਸਰ ਜੇ ਕੋਈ ਗਲਤ ਕੰਮ ਕਰਦਾ ਤਾਂ ਪੂਰਾ ਸਖਤੀ ਦੇ ਨਾਲ ਉਹ 'ਤੇ ਜਿਹੜਾ ਆ ਕੰਮ ਵਰਕ ਕੀਤਾ ਜਾਊਗਾ। ਫਲੈਸ਼ ਵੀ ਕਿਸੇ ਜਗ੍ਹਾ 'ਤੇ ਦੇਖਣ ਨੂੰ ਮਿਲਦਾ ਹਮੇਸ਼ਾ, 6 ਜੂਨ ਲੈ ਕੇ ਜਿਹੜੇ ਸ਼ਿਵ ਸੈਨਿਕ ਜਾਂ ਜਥੇ ਬੰਦੇ ਨੇ, ਤਾਂ ਉਹਨਾਂ ਨੂੰ ਵੀ ਅਪੀਲ ਕਰੋਗੇ ਕਿ ਨਾ ਹੀ ਇਸ ਤਰ੍ਹਾਂ ਦਾ ਕੀਤਾ ਜਾਵੇ? ਨਹੀਂ, ਅਸੀਂ ਮੈਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਅਸੀਂ ਸਾਰਿਆਂ ਨਾਲ, ਚਾਹੇ ਸ਼ਿਵ ਸੈਨਾ ਹੋਵੇ ਚਾਹੇ ਸਿੱਖ ਜਥੇਬੰਦੀਆਂ ਹੋਣ, ਸਾਰਿਆਂ ਨਾਲ ਮੀਟਿੰਗਾਂ ਕਰ ਲਈਆਂ, ਔਰ ਮੈਨੂੰ ਪੂਰੀ ਉਮੀਦ ਆ ਮਹਾਰਾਜ ਦੀ ਕਿਰਪਾ ਦੇ ਨਾਲ ਸਾਰਾ ਬਿਲਕੁਲ ਪੀਸਫੁਲੀ ਹੋਊਗਾ। ਸਰ, SGPC ਦੇ ਜਿਹੜੇ ਕੈਮਰੇ ਉਹਨਾਂ 'ਤੇ ਵੀ ਨਿਗਰਾਨੀ? ਬਿਲਕੁਲ ਜੀ, ਉੱਥੇ ਵੀ ਆਲਰੇਡੀ ਜਿਹੜੇ ਸਾਡੇ ਬੰਦੇ ਅੰਦਰ ਲੱਗੇ ਹੋਏ ਨੇ, ਨਾਲ SGPC ਨਾਲ ਸਾਡਾ ਪੂਰਾ ਤਾਲਮੇਲ ਆ, ਔਰ ਅਸੀਂ ਰਲ ਕੇ ਜਿਹੜਾ ਉੱਥੇ ਵੀ ਜਿਹੜਾ ਅੰਦਰ ਉਹਨਾਂ ਦੇ ਕੈਮਰੇ ਜਾਂ ਉਹਨਾਂ ਦੇ ਹੋਰ ਗੁਰਦੁਆਰੇ ਸਾਹਿਬ ਜਿੱਥੇ ਈਵਨ ਸਾਰਾ ਗੜੀ ਜਿਹੜੇ ਕੈਮਰੇ ਆ, ਇਹ ਸਭ ਜਗ੍ਹਾ ਦੇ ਉੱਤੇ ਜਿਹੜੇ ਉਹਨਾਂ ਦੇ ਬੰਦੇ ਵੀ, ਔਰ ਜਿੱਥੇ ਜਿੱਥੇ ਸਾਨੂੰ ਲੋੜ ਆ ਅਸੀਂ ਆਪਣੇ ਬੰਦੇ ਵੀ ਲਾਤੇ ਆ, ਔਰ ਇਹ ਸਾਰਾ ਅਸੀਂ ਜਿਹੜਾ ਸਾਡੀ ਸਾਰਿਆਂ 'ਤੇ ਨਜ਼ਰ ਆ ਇੱਥੇ।